ਪਾਰਟੀ ਦੀ 75 ਸਾਲ 77 ਸਾਲ ਹੋ ਗਏ ਹਜੇ ਤੱਕ ਟੋਬਿਆਂ ਤੇ ਸੀਵਰੇਜਾਂ ਤੇ ਸ਼ਮਸ਼ਾਨ ਘਾਟਾਂ ਦੀਆਂ ਕੰਧਾਂ ਹੀ ਉੱਚੀਆਂ ਚੱਕੀ ਜਾਂਦੇ ਆ ਹਜੇ ਤੱਕ ਜਿਹੜੀ ਆਜ਼ਾਦੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਸੀ ਉਹ ਪਹੁੰਚੀ ਨਹੀਂ ਸੀ ਪਿਛਲੇ 2 ਸਾਲ ਤੋਂ ਅੱਜ ਦੇ ਦਿਨ ਅਸੀਂ ਸੰਭਾਲਿਆ ਜਦੋਂ ਆਉਂਦਾ ਸਭ ਤੋਂ ਪਹਿਲਾ ਫੈਸਲਾ ਕੀਤਾ ਗਿਆ ਕਿ ਕਿਸੇ ਵੀ ਸਰਕਾਰੀ ਦਫ਼ਤਰ ਦੇ ਵਿੱਚ ਆਮ ਤੌਰ ਤੇ ਪਹਿਲਾਂ ਮੁੱਖ ਮੰਤਰੀ ਦੀ ਫੋਟੋ ਲੱਗਦੀ ਹੁੰਦੀ ਸੀ ਚਾਹੇ ਦਿੱਲੀ ਚਾਹੋ ਪੰਜਾਬ ਦਾ ਦਫ਼ਤਰ ਪੰਜਾਬ ਭਵਨ ਹੈ ਜਾਂ ਕੋਈ ਹੋਰ ਦਫ਼ਤਰ ਨੇ ਚਾਹੇ ਉਹ ਕਲਕੱਤੇ 'ਚ ਨੇ ਪੰਜਾਬ ਦੇ ਦਫ਼ਤਰ ਜਿੰਨੇ ਪੰਜਾਬ ਦੇ ਸਾਰੇ ਦਫ਼ਤਰਾਂ 'ਚ ਸ਼ਹੀਦ ਆਜ਼ਮ ਭਗਤ ਸਿੰਘ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੀ ਫੋਟੋ ਲੱਗੂਗੀ ਇੱਕ ਨੇ ਆਜ਼ਾਦੀ ਲੈ ਕੇ ਦਿੱਤੀ ਦੂਜੇ ਨੇ ਆਜ਼ਾਦੀ ਨੂੰ ਸੰਭਾਲ ਕੇ ਸਾਰਿਆਂ ਲਈ ਬਰਾਬਰਤਾ ਦਾ ਸੰਵਿਧਾਨ ਲਿਖਿਆ ਅੱਜ ਕਰੋੜਾਂ ਲੋਕ ਸੁਣ ਰਹੇ ਹੋਣਗੇ ਅੱਜ ਦੋਸਤੋ ਦੋਨੇ ਚੀਜ਼ਾਂ ਹੀ ਖਤਰੇ 'ਚ ਨੇ ਆਜ਼ਾਦੀ ਵੀ ਕਿਉਂਕਿ ਜਦੋਂ ਹੀ ਕੋਈ ਬੋਲਦਾ ਕੁਛ ਜਦੋਂ ਹੀ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦਾ ਜਾਂ ਕੋਈ ਸਰਕਾਰ ਦੀ ਕੋਈ ਆਲੋਚਨਾ ਕਰਦਾ ਚੱਕ ਕੇ ED ਆ ਜਾਂਦੀ ਹੈ CBI ਆ ਜਾਂਦੀ ਹੈ ਇਨਕਮ ਟੈਕਸ ਆ ਜਾਂਦਾ ਹੈ ਡਰਾਉਣ ਦੀਆਂ ਕੋਸ਼ਿਸ਼ਾਂ ਅਤੇ ਦੂਜੇ ਪਾਸੇ ਸੰਵਿਧਾਨ ਨੂੰ ਬਦਲਣ ਦੀਆਂ ਕੋਸ਼ਿਸ਼ਾਂ ਸੁਪਰੀਮ ਕੋਰਟਾਂ ਦੇ ਫੈਸਲੇ ਬਦਲੇ ਜਾ ਰਹੇ ਨੇ ਸੁਪਰੀਮ ਕੋਰਟ ਦੀ ਜਿਹੜੀ ਬੈਂਚ ਹੈ ਉਹਦਾ ਕੋਈ ਫੈਸਲਾ ਹੋਵੇ ਉਹਨੂੰ ਦੁਬਾਰਾ ਆਰਡੀਨੈਂਸ ਲਿਆ ਕੇ ਬਦਲ ਦਿੱਤਾ ਜਾਂਦਾ ਹੈ ਡੈਮੋਕ੍ਰੈਟਿਕ ਤਰੀਕੇ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਕੰਮ ਨਹੀਂ ਕਰਨ ਦਿੱਤੇ ਜਾਂਦੇ ਇਹ ਤਾਂ ਨਹੀਂ ਸੋਚਿਆ ਸੀ ਭਗਤ ਸਿੰਘ ਜੀ ਹੋਰਾਂ ਨੇ ਕਿ ਇਸ ਤਰ੍ਹਾਂ ਦੀ ਆਜ਼ਾਦੀ ਹੋਊਗੀ ਕਿ ਅਸੀਂ ਕਿਸੇ ਇੱਕ ਖਾਸ ਸਟੇਟ ਨੂੰ ਵੰਚਿਤ ਰੱਖਾਂਗੇ ਉਹਦੇ ਅਧਿਕਾਰਾਂ ਤੋਂ ਵਾਂਝੇ ਰੱਖਾਂਗੇ ਇਹ ਨਹੀਂ ਸੋਚਿਆ ਸੀ ਸੋ ਇਸ ਕਰਕੇ ਅੱਜ ਮੈਂ ਇੱਥੇ ਆਇਆ ਦੁਬਾਰਾ ਕਿ ਆਪਾਂ ਜ਼ਿੰਮੇਵਾਰੀਆਂ ਦਾ ਅਹਿਸਾਸ ਉਹਨੂੰ ਚੇਤੇ ਰੱਖੀਏ ਕਿ ਹਜੇ ਜ਼ਿੰਮੇਵਾਰੀਆਂ ਆਪਣੀਆਂ ਸ਼ੁਰੂ ਹੋਈਆਂ ਨੇ ਲੋਕਾਂ ਨੇ ਤਾਂ ਆਪਣੇ ਫਰਜ਼ ਨਿਭਾਤੇ ਜੀ ਹੁਣ ਫਰਜ਼ ਨਿਭਾਉਣ ਦੀ ਵਾਰੀ ਆਪਣੀ ਹੈ ਤਾਂ ਅਸੀਂ 2 ਸਾਲਾਂ 'ਚ ਮੈਂ ਉਂਗਲਾਂ 'ਤੇ ਗਿਣਦਾ ਤਾਂ ਜੇ ਆਪਾਂ ਜਿਹਨੂੰ ਕਹਿੰਦੇ ਹਾਂ ਮੋਟਾ ਮੋਟਾ ਹਿਸਾਬ ਦੇ ਦਈਏ 2 ਸਾਲਾਂ ਦਾ ਤਾਂ 42,992 ਸਰਕਾਰੀ ਨੌਕਰੀਆਂ 65,000 ਕਰੋੜ ਤੋਂ ਉੱਪਰ ਨਿਵੇਸ਼ ਇੰਡਸਟਰੀ ਦਾ ਟਾਟਾ ਸਟੀਲ ਵਰਗੀਆਂ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਆਪਣਾ ਸੈਕਿੰਡ ਬਿਗੈਸਟ ਦੂਜਾ ਸਭ ਤੋਂ ਵੱਡਾ ਪਲਾਂਟ ਜਮਸ਼ੇਦਪੁਰ ਤੋਂ ਬਾਅਦ ਉਹ ਲੁਧਿਆਣੇ 'ਚ ਲੱਗ ਰਿਹਾ ਹੈ ਜਰਮਨੀ ਦੀਆਂ ਕੰਪਨੀਆਂ ਆ ਰਹੀਆਂ ਨੇ ਮੈਡੀਕਲ ਕਾਲਜਾਂ ਦੀ ਗੱਲ ਕੀਤੀ ਹੈ ਮੈਡੀਕਲ ਕਾਲਜ ਬਣਾਏ ਜਾ ਰਹੇ ਨੇ ਹੁਸ਼ਿਆਰਪੁਰ ਅਤੇ ਕਪੂਰਥਲਾ ਸ਼ੁਰੂ ਹੋ ਗਿਆ ਸੰਗਰੂਰ ਦਾ ਪੰਜਾਬ ਬਚਾਓ ਵਾਲਿਆਂ ਨਾਲ ਝਗੜਾ ਚੱਲਦਾ ਹੈ ਉਹ ਕਹਿੰਦੇ ਅਸੀਂ ਬਣ ਨਹੀਂ ਦੇਣਾ ਇਹ ਜ਼ਮੀਨ ਫਲਾਨਿਆਂ ਦੀ ਧਿਮਕਿਆਂ ਦੀ ਹੈ ਕਿਉਂਕਿ ਉਹਨਾਂ ਨੇ ਤਾਂ ਪੈਸੇ ਆਪਦੇ ਕਮਾਉਣੇ ਹੁੰਦੇ ਨੇ ਜਦੋਂ ਜਿਸ ਦੇਸ਼ ਕਾ ਰਾਜਾ ਵਪਾਰੀ ਉਸ ਦੇਸ਼ ਕੀ ਜਨਤਾ ਭਿਖਾਰੀ ਜੇ ਮੁੱਖ ਮੰਤਰੀ ਦੀਆਂ ਆਪਦੀਆਂ ਹੀ ਬੱਸਾਂ ਚੱਲਦੀਆਂ ਹੋਣਗੀਆਂ ਉਹ ਕਿਉਂ ਚਾਹੂਗਾ ਕਿ ਸਰਕਾਰੀ ਬੱਸਾਂ ਫਾਇਦੇ 'ਚ ਚੱਲੀਆਂ ਜਾਣ ਜੇ ਮੁੱਖ ਮੰਤਰੀ ਦੇ ਆਪਦੇ ਪ੍ਰਾਈਵੇਟ ਸਕੂਲ ਹੋਣਗੇ ਜਾਂ ਸਕੂਲਾਂ 'ਚ ਹਿੱਸਾ ਹੋਊਗਾ ਉਹ ਕਿਉਂ ਚਾਹੂਗਾ ਸਰਕਾਰੀ ਸਕੂਲਾਂ ਦੀ ਪੜ੍ਹਾਈ ਵਧੀਆ ਹੋ ਜੇ ਜੇ ਮੁੱਖ ਮੰਤਰੀ ਦੇ ਆਪਦੇ ਹਸਪਤਾਲ ਹੋਣ ਜਾਂ ਹਸਪਤਾਲ 'ਚ ਹਿੱਸਾ ਹੋਊਗਾ ਕਮਿਸ਼ਨ ਲੈਂਦਾ ਹੋਊਗਾ ਉਹ ਕਿਉਂ ਚਾਹੂਗਾ ਸਰਕਾਰੀ ਹਸਪਤਾਲਾਂ 'ਚ ਮਸ਼ੀਨਾਂ ਆ ਜਾਣ ਜਾਂ ਦਵਾਈਆਂ ਆ ਜਾਣ ਉਹ ਤਾਂ ਚਾਹੂਗਾ ਉੱਧਰ ਜਾਣ ਲੋਕ ਸੋ ਇਹ ਮੈਡੀਕਲ ਕਾਲਜ ਦੀ ਮੈਨੂੰ ਕਿੱਥੋਂ ਆਈ ਮੈਨੂੰ ਇਹ ਆਈਡੀਆ ਕਿੱਥੋਂ ਆਇਆ ਜਦੋਂ ਮੈਨੂੰ ਯੂਕਰੇਨ 'ਚੋਂ 400 ਦੇ ਕਰੀਬ ਮੁੰਡੇ ਕੁੜੀਆਂ ਨੂੰ ਇੱਥੇ ਵਾਪਸ ਲਿਆਉਣਾ ਪਿਆ ਕਿਉਂਕਿ ਉਹ ਜੰਗ ਲੱਗ ਗਈ ਸੀ ਉਹ ਫਸ ਗਏ ਸੀ ਜਦੋਂ ਮੈਨੂੰ ਮਿਲਣ ਆਏ ਉਹ ਅਤੇ ਉਹਦੇ ਮਾਪੇ ਉਹਨਾਂ ਦੇ ਮੈਨੂੰ ਮੇਰੇ ਰੌਂਗਟੇ ਖੜ੍ਹੇ ਹੋ ਗਏ ਦੇਖ ਕੇ ਕਿਉਂਕਿ ਨਲਾਇਕ ਬੱਚੇ ਨਹੀਂ ਸੀ ਉਹ
ਜਾਂ ਕੋਈ ਘੱਟ ਨੰਬਰ ਵਾਲੇ ਬੱਚੇ ਨਹੀਂ ਸੀ ਕਿ ਇੱਥੇ ਐਡਮਿਸ਼ਨ ਨਹੀਂ ਮਿਲੀ ਉੱਥੇ ਮਿਲ ਜਾਂਦੀ ਹੈ। ਨੋ 98% 98.5% 98.9% 99.4% ਵਾਲੇ ਬੱਚੇ। ਮੈਂ ਕਿਹਾ ਜੀ ਫਿਰ ਤੁਸੀਂ ਇੱਥੇ ਕਿਉਂ ਨਹੀਂ? ਕਹਿੰਦੇ ਜੀ ਇੱਥੇ ਤਾਂ ਸੀਟਾਂ ਉਹਨੇ ਕੋਟਾ ਮੁੱਕ ਜਾਂਦਾ ਜੀ, ਆਹ ਫਲਾਨੇ ਦਾ ਕੋਟਾ ਇਹ 'ਚ ਲੈ ਲਓ ਇਹ 'ਚ 1 crore ਲੱਗਣਗੇ, ਆਹ ਕੋਟਾ ਇਹ 'ਚ ਲੈ ਲਓ ਇਹ 'ਚ 1 crore ਲੱਗਣਗੇ। ਜਿਹੜਾ ਕੰਮ ਉਹ ਕਹਿੰਦੇ ਇੱਥੇ 3 crore 'ਚ ਹੁੰਦਾ ਉਹ ਉੱਥੇ 30 lakh 'ਚ ਹੁੰਦਾ। ਤਾਂ ਗਿਆ ਜੀ ਉੱਥੇ। ਫਿਰ ਮੇਰੇ ਦਿਮਾਗ 'ਚ ਆਇਆ, ਮੈਂ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਬਾਰੇ ਸੋਚਿਆ ਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰੀ ਕੀ ਸੋਚਦੇ ਹੋਣਗੇ, ਉਹਨਾਂ ਦੀ ਆਤਮਾ ਕੀ ਸੋਚਦੀ ਹੋਊਗੀ। 25 ਸਾਲ ਪਹਿਲਾਂ ਆਜ਼ਾਦ ਹੋਇਆ ਮੁਲਕ ਉਹ ਯੂਕਰੇਨ, 25 ਸਾਲ ਪਹਿਲਾਂ ਆਜ਼ਾਦ ਹੋਏ ਮੁਲਕ ਦੇ ਵਿੱਚ ਸਾਡੇ ਬੱਚੇ ਮੈਡੀਕਲ ਦੀ ਸਿੱਖਿਆ ਲੈਣ ਜਾ ਰਹੇ ਨੇ ਅਤੇ ਸਾਨੂੰ 75 ਸਾਲ ਹੋ ਗਏ, ਅਸੀਂ ਅਜੇ ਕੋਟਾ ਸਿਸਟਮ 'ਚ ਹੀ ਫਸੇ ਹੋਏ ਹਾਂ। ਸਾਡੇ ਇੰਨੀ ਮਹਿੰਗੀ ਪੜ੍ਹਾਈ ਹੈ ਕਿ ਆਮ ਬੰਦਾ ਸੋਚ ਹੀ ਨਹੀਂ ਸਕਦਾ। ਸੋ ਅਸੀਂ ਫਿਰ ਫੈਸਲਾ ਕੀਤਾ ਕਿ ਮੈਡੀਕਲ ਕਾਲਜ ਪੰਜਾਬ 'ਚ ਖੋਲ੍ਹਾਂਗੇ ਅਸੀਂ। ਇਸ ਇਲਾਕੇ ਦੀ ਵੀ ਵਾਰੀ ਆਊਗੀ, ਤੁਸੀਂ ਮੰਗ ਕੀਤੀ ਹੈ, ਇਸ ਇਲਾਕੇ ਦੇ ਵਿੱਚ ਵੀ ਇਹਦੇ ਨਾਲ ਕੀ ਹੋਊਗਾ, ਜਦੋਂ ਪੜ੍ਹਾਈ ਮਿਲੀ, ਸਸਤੀ ਪੜ੍ਹਾਈ ਮਿਲੀ ਬੱਚਿਆਂ ਨੂੰ, ਤਾਂ ਸਾਡੇ ਬੱਚੇ ਡਾਕਟਰ ਬਣਨਗੇ, ਗਰੀਬੀਆਂ ਚੱਕਣਗੇ ਘਰਾਂ ਦੀਆਂ। ਉਹ ਸਕੂਲ ਆਫ ਐਮੀਨੈਂਸ ਖੁੱਲ੍ਹ ਰਹੇ ਨੇ, ਉਹ ਇੰਨੀ ਸ਼ਾਨਦਾਰ ਪੜ੍ਹਾਈ ਹੈ। ਜਿੰਨੇ ਵੀ ਅੰਮ੍ਰਿਤਸਰ ਦੇ ਵਿੱਚ ਸਕੂਲ ਆਫ ਐਮੀਨੈਂਸ ਖੁੱਲ੍ਹਿਆ, ਇੱਕ ਲੁਧਿਆਣੇ 'ਚ ਖੁੱਲ੍ਹਿਆ, ਤੁਸੀਂ ਜਿੱਥੇ ਨੇੜੇ ਪੈਂਦਾ ਕਦੇ ਜਾਓ ਮੱਥਾ ਟੇਕਣ, ਅੰਮ੍ਰਿਤਸਰ ਦਰਬਾਰ ਸਾਹਿਬ ਜਾਂ ਦੁਰਗਿਆਣਾ ਮੰਦਿਰ ਜਾਂ ਵਾਹਗਾ ਬਾਰਡਰ ਦੇਖਣ ਜਾਓ, 6 ਘੰਟਿਆਂ ਦੇ ਵਿੱਚ ਇੱਕ ਸਕੂਲ ਆਫ ਐਮੀਨੈਂਸ ਹੈ, ਜ਼ਰੂਰ ਦੇਖ ਕੇ ਆਇਓ। ਮੈਂ ਇਹ ਫੈਸਲਾ ਕੀਤਾ ਹੋਇਆ, ਪਰਮਾਤਮਾ ਨੇ ਸਮਤ ਬਖਸ਼ੀ ਤਾਂ ਆਉਣ ਵਾਲੇ ਦਿਨਾਂ 'ਚ ਮੇਰਾ ਸੁਪਨਾ ਪੂਰਾ ਹੋਊਗਾ ਕਿ ਮੈਂ ਪੰਜਾਬ ਦੇ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ। ਹੁਣ ਮਜਬੂਰੀ ਹੈ ਕਿ ਆਪਣੇ ਬੱਚਿਆਂ ਨੂੰ ਪ੍ਰਾਈਵੇਟ 'ਚ ਪੜ੍ਹਾ ਲਓ, ਜਿੱਥੇ ਲੱਖਾਂ ਰੁਪਈਆਂ ਦੀ ਫੀਸ ਹੈ, ਸਰਕਾਰੀ 'ਚ ਤੁਸੀਂ ਪੜ੍ਹਾਓਗੇ ਤਾਂ ਬੱਚਿਆਂ ਦਾ ਫਿਊਚਰ ਕੋਈ ਨਹੀਂ ਹੈਗਾ। ਇਹ ਸਰਕਾਰੀ ਸਕੂਲਾਂ ਦਾ ਹਾਲ ਹੀ ਇਹ ਕਰਤਾ ਸੀ ਗੌਰਮੈਂਟਾਂ ਨੇ, ਤਾਂ ਮਜਬੂਰੀ ਹੈ, ਜਾਂ ਅਨਪੜ੍ਹ ਰੱਖ ਲਓ ਜਾਂ ਫਿਰ ਲੱਖਾਂ ਰੁਪਈਆ ਜੇ ਤੁਹਾਡੇ ਕੋਲ ਹੈਗਾ ਕੋਈ ਗਹਿਣੇ ਗੱਟੇ ਜਾਂ ਜ਼ਮੀਨ ਥੋੜ੍ਹੀ 4 ਖੁੱਟ ਹੈਗੀ ਉਹ ਵੇਚ ਕੇ ਤਾਂ ਜਵਾਕ ਪੜ੍ਹਾ ਲਓ। ਫਿਰ ਦੂਜੀ ਮਜਬੂਰੀ, ਜਾਂ ਤਾਂ ਮੰਜੇ 'ਤੇ ਪਏ ਆਪਣੇ ਰਿਸ਼ਤੇਦਾਰ ਦੀ ਜਾਂ ਆਪਣੇ ਬਜ਼ੁਰਗਾਂ ਦੀ ਮੌਤ ਦਾ ਇੰਤਜ਼ਾਰ ਕਰੋ, ਜਾਂ ਫਿਰ ਲੱਖਾਂ ਰੁਪਈਆ ਲਾ ਕੇ ਪ੍ਰਾਈਵੇਟ ਹਸਪਤਾਲਾਂ 'ਚ ਇਲਾਜ ਕਰਾਓ, ਕਿਉਂਕਿ ਸਰਕਾਰੀ 'ਚ ਮਸ਼ੀਨਾਂ ਹੈ ਨਹੀਂ, ਨਾ ਡਾਕਟਰ ਨਾ ਦਵਾਈਆਂ। ਇਹ ਮਜਬੂਰੀਆਂ ਹੋ ਗਈਆਂ। ਪਰਮਾਤਮਾ ਸੁੱਖ ਰੱਖੇ, ਅੱਜ ਸ਼ਹੀਦ ਆਜ਼ਮ ਹੋਰਾਂ ਦੀ ਧਰਤੀ 'ਤੇ ਖੜ੍ਹੇ ਹਾਂ। ਆਉਣ ਵਾਲੇ 6-7 ਮਹੀਨਿਆਂ 'ਚ, ਸਿਰਫ 6-7 ਮਹੀਨਿਆਂ 'ਚ ਮਜਬੂਰੀ ਮਰਜ਼ੀ 'ਚ ਬਦਲੂਗੀ ਕਿ ਤੁਹਾਡੀ ਮਰਜ਼ੀ ਹੈ ਇਲਾਜ ਸਰਕਾਰੀ 'ਚ ਕਰਾਉਣਾ ਸਰਕਾਰੀ 'ਚ ਕਰਾ ਲਓ, ਪ੍ਰਾਈਵੇਟ 'ਚ ਕਰਾਉਣਾ ਪ੍ਰਾਈਵੇਟ 'ਚ ਕਰਾ ਲਓ, ਇਲਾਜ ਇੱਕੋ ਜਿਹਾ ਪਰ ਉੱਧਰ ਪੈਸੇ ਨਹੀਂ ਲੱਗਦੇ ਸਰਕਾਰੀ 'ਚ। ਇਸੇ ਤਰ੍ਹਾਂ ਹੀ ਤੁਹਾਡੀ ਮਰਜ਼ੀ ਹੈ, ਬੱਚੇ ਨੂੰ ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ 'ਚ ਪੜ੍ਹਾ ਲਿਓ, ਸਰਕਾਰੀ ਸਕੂਲ 'ਚ ਪੜ੍ਹਾਉਣਾ ਸਰਕਾਰੀ 'ਚ ਪੜ੍ਹਾ ਲਿਓ, ਪੜ੍ਹਾਈ ਇੱਕੋ ਜਿਹੀ ਹੋਊਗੀ, ਮਰਜ਼ੀ ਤੁਹਾਡੀ ਹੋਊਗੀ। ਮੈਂ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ। ਵਿਦੇਸ਼ਾਂ 'ਚ ਵੀ ਇੱਦਾਂ ਹੀ ਹੈ, ਮੈਂ ਦੇਖਿਆ ਸਿਸਟਮ, ਕਿ ਤੁਹਾਡੀ ਮਰਜ਼ੀ ਹੈ, ਜਿਹੜੇ ਮਰਜ਼ੀ ਸਕੂਲ 'ਚ ਪੜ੍ਹਾ ਲਓ, ਪ੍ਰਾਈਵੇਟ 'ਚ ਪੜ੍ਹਾਉਣਾ ਪ੍ਰਾਈਵੇਟ, ਉੱਥੇ ਪ੍ਰਾਈਵੇਟ ਸਕੂਲ ਨੇ, ਪਰ ਪੜ੍ਹਾਈ ਦਾ ਕੋਈ ਫਰਕ ਨਹੀਂ। ਇਹ ਨਹੀਂ ਹੈਗਾ ਕਿ ਸਰਕਾਰੀ ਵਾਲਾ ਰਹਿ ਜੂਗਾ ਜਾਂ ਪ੍ਰਾਈਵੇਟ ਵਾਲਾ ਅੱਗੇ ਚੱਲ ਜੂ। ਨੋ, ਇਹ ਬੱਚੇ ਦੀ ਅਗਲੀ ਮਿਹਨਤ 'ਤੇ ਡਿਪੈਂਡ ਕਰਦਾ। ਸੋ ਇਸ ਕਰਕੇ ਜਦੋਂ ਸ਼ਹੀਦ ਆਜ਼ਮ